ਝੋਲੀਆਂ ਖਾਲੀ ਨੀ ਲੈ ਕੇ ਜਾਂਦਾ, ਝੋਲੀਆਂ ਭਰ ਕੇ ਲੈ ਕੇ ਜਾਂਦਾ। ਪਿਛਲੇ ਸਾਲ ਮੈਂ ਆਇਆ, ਬੰਦਾ ਨਾ ਚੀਜ਼ ਤੇ ਹਾਜ਼ਰੀ ਹੋਈ ਤੇ ਮੈਂ ਆਪ ਨੂੰ ਅਰਜ਼ ਕੀਤੀ, ਹਜ਼ੂਰ ਗੱਲ ਇਹ ਵੇ ਕਿ ਦੁਆ ਫਰਮਾਓ ਮੇਰੇ ਵਾਲਦ ਸਾਹਿਬ ਮੁਸਲਮਾਨ ਹੋ ਜਾਣ, ਮੇਰੇ ਵਾਲਦੈਨ ਹੋ ਜਾਣ। ਆਪ ਨੇ ਯਕੀਨ ਕਰੋ, ਅੱਲਾ ਰਸੂਲ ਗਵਾਹ, ਨਬੀ ਪਾਕ ਸੱਲ੍ਹਾ ਮਿੰਬਰ ਤੇ ਖੜਾ, ਸਰਕਾਰ ਨੇ ਇੱਥੇ ਆਸਥਾਨੇ ਦੇ ਬਾਬਾ ਜੀ ਦੀ ਬਾਰਗਾਹ ਖੜਿਆ, ਮੈਂ ਸ਼ੇਰ ਪੜਿਆ ਕਿ ਖੁੱਲੇ ਬੂਹੇ ਵੇਖ ਕੇ ਤੇਰੇ ਦੁਆਰੇ ਆ ਗਏ, ਸੁਣ ਦਿਲਾਂ ਦੇ ਮਹਿਰਮਾ ਦਰਦਾਂ ਦੇ ਬਾਰੇ ਆ ਗਏ। ਜਦੋਂ ਮੈਂ ਸ਼ੇਰ ਪੜਿਆ ਨਾ ਤੇ ਯਕੀਨ ਕਰੋ ਇੰਜ ਲੱਗਾ ਕਿ ਜਿਵੇਂ ਨਾ ਕੋਈ ਅੰਦਰ ਜਿਹੜੀ ਚੰਗਿਆਰੀ ਹੈ ਨਾ ਉਹ ਖਿਲ ਗਈ। ਇਸ ਵਾਸਤੇ ਹੁਣ ਮੈਂ ਉਹ ਸ਼ੇਰ ਮੁੜ ਕੇ ਦੁਬਾਰਾ ਉਹ ਹੀ ਪੜਨ ਲੱਗਾ ਤੇ ਇਨਸ਼ਾਅੱਲਾ ਜਦੋਂ ਦੁਬਾਰਾ ਜ਼ਿੰਦਗੀ ਰਵੇ ਤੇ ਮੈਂ ਤੁਹਾਨੂੰ ਆ ਕੇ ਦੱਸਾਂ ਕਿ ਮੇਰੇ ਅੰਮੀ ਜਾਨ ਮੁਸਲਮਾਨ ਹੋ ਗਏ। ਵਾਲਦ ਸਾਹਿਬ ਹੋ ਗਏ 84 ਸਾਲ, ਉਹਨਾਂ ਦੀ ਉਮਰ ਹੈ, ਚੁੱਕਣਾ ਟੁੱਟਾ, ਦੂਜੇ ਪੁੱਤਰ ਛੱਡ ਕੇ ਪਿੰਡ ਆ ਗਏ ਤੇ ਮੈਂ ਕਿਹਾ ਜਨਾਬ ਰਸੂਲੁੱਲਾ ਦਾ ਕਲਮਾ ਪੜਿਆ ਤੇ ਮੇਰੇ ਸਿਰ ਦਾ ਤਾਜ ਪਾਕ, ਤੁਸੀਂ ਮਾਸ਼ਾਅੱਲਾ ਮੇਰੇ ਹੀ ਤੁਸੀਂ ਕਰੋ। ਇਸ ਵਾਸਤੇ ਰੱਖੋ ਕੋ ਸੁਭਾਨ ਅੱਲਾਹ ਪਰ ਇੱਕ ਵਾਰੀ ਖੁੱਲੇ ਬੂਹੇ, ਖੁੱਲੇ ਬੂਹੇ ਪੂਰੀ ਨਾ ਵੀ ਪੜੇਗੀ ਤੇ ਖੈਰ ਸਲਾਹ ਹਾਜ਼ਰੀ ਹੋ ਗਈ ਤੇ ਬੜੀ ਗੱਲ ਹੈ, ਕਿਉਂਕਿ ਇੱਥੇ ਕੋਈ ਮੈਂ ਕਿਉਂਕਿ ਖਲੋਣਾ ਕੁਛ ਸੁਣਾਉਣਾ ਬੜੀ ਸਾਦਤ ਦੀ ਗੱਲ ਹੈ। ਹੁਣ ਇੱਕ ਦਰੂਸ਼ੀ ਪੜੋ ਤੇ ਮੈਂ ਨਾਸ਼ੀ ਪੜਾ ਸੱਲੱਲਾਹੁ ਅਲੈਹਿ ਵਸੱਲਮ। ਯਾਰ ਸੱਲੱਲਾਹੁ ਅਲੈਹਿ ਵਸੱਲਮ
دست بستہ جہاں
کول حسین دے سب کچھ ہاں ہاں کول حسین دے سب کچھ ہاں